ਸਮਰੱਥ ਸੁਆਮੀ ਕਾਰਨ ਕਰਨ। ਹੇ ਸਭ ਤਾਕਤਾਂ ਦੇ ਮਾਲਕ, ਹੇ ਸੁਆਮੀ, ਹੇ ਜਗਤ ਦੇ ਮੂਲ, ਮੋਹੇ ਅਨਾਥ ਪ੍ਰਭ ਤੇਰੀ ਸਰਣ। ਹੇ ਪ੍ਰਭੂ, ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ, ਜੀ ਜੰਤ ਤੇਰੇ ਆਧਾਰ। ਹੇ ਪ੍ਰਭੂ, ਸਾਰੇ ਜੀਵ ਜੰਤ ਤੇਰੇ ਹੀ ਆਸਰੇ ਹਨ, ਕਰ ਕਿਰਪਾ ਪ੍ਰਭ ਲਿਹੇ ਨਿਸਤਾਰ। ਮਿਹਰ ਕਰਕੇ ਇਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈ, ਭਵ ਖੰਡਨ ਦੁੱਖ ਨਾਸ ਦੇਵ। ਪਰਮਾਤਮਾ, ਜੋ ਜਨਮ ਮਰਨ ਦਾ ਗੇੜ ਕੱਟਣ ਵਾਲਾ ਹੈ, ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਚਾਨਣ ਰੂਪ ਹੈ, ਸੁਰ ਨਰ ਮੁਨ ਜਨ ਤਾਂ ਕੀ ਸੇਵ। ਦੈਵੀ ਗੁਣਾਂ ਵਾਲੇ ਮਨੁੱਖ ਅਤੇ ਮੁਨੀ ਲੋਕ ਉਸ ਦੀ ਸੇਵਾ ਭਗਤੀ ਕਰਦੇ ਹਨ। ਧਰਨ ਆਕਾਸ ਜਾ ਕੀ ਕਲਾ ਮਾਹੇ। ਧਰਤੀ ਅਤੇ ਆਕਾਸ਼ ਜਿਸ ਪਰਮਾਤਮਾ ਦੀ ਸੱਤਿਆ ਦੇ ਆਸਰੇ ਟਿੱਕੇ ਹੋਏ ਹਨ, ਤੇਰਾ ਦੀਆ ਸਭ ਜੰਤ ਖਾਹੇ। ਹੇ ਪਰਮਾਤਮਾ, ਸਾਰੇ ਜੀਵ ਤੇਰਾ ਦਿੱਤਾ ਅੰਨ ਖਾਂਦੇ ਹਨ, ਅੰਤਰਜਾਮੀ ਪ੍ਰਭ ਦਿਆਲ। ਹੇ ਸਭ ਦੇ ਦਿਲ ਦੀ ਜਾਣਨ ਵਾਲੇ ਦਿਆਲ ਪ੍ਰਭੂ, ਆਪਣੇ ਦਾਸ ਕੋ ਨਦਰ ਨਿਹਾਲ, ਆਪਣੇ ਦਾਸ ਨੂੰ ਮਿਹਰ ਦੀ ਨਿਗਾਹ ਨਾਲ ਵੇਖ, ਕਰ ਕਿਰਪਾ ਮੋਹਿ ਦੇਹੋ ਦਾਨ। ਮਿਹਰ ਕਰਕੇ ਮੈਨੂੰ ਇਹ ਦਾਨ ਦੇ, ਜਪ ਜੀਵੈ ਨਾਨਕ ਤੇਰੋ ਨਾਮ, ਕਿ ਤੇਰਾ ਦਾਸ ਨਾਨਕ ਤੇਰਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰੇ। ਬਸੰਤ ਮਹੱਲਾ ਪੰਜਵਾਂ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਰਾਮ ਰੰਗ ਸਭ ਗਏ ਪਾਪ। ਪਰਮਾਤਮਾ ਦੇ ਪਿਆਰ ਵਿੱਚ ਟਿਕਿਆਂ ਸਾਰੇ ਪਾਪ ਮਿਟ ਜਾਂਦੇ ਹਨ, ਰਾਮ ਜਪਤ ਕੱਛ ਨਹੀਂ ਸੰਤਾਪ। ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋ ਨਹੀਂ ਸਕਦੇ, ਗੋਬਿੰਦ ਜਪਤ ਸਭ ਮਿਟੇ ਅੰਧੇਰ। ਗੋਬਿੰਦ ਦਾ ਨਾਮ ਜਪਦਿਆਂ ਮਾਇਆ ਦੇ ਮੋਹ ਦੇ ਸਾਰੇ ਹਨੇਰੇ ਮਿਟ ਜਾਂਦੇ ਹਨ, ਹਰ ਸਿਮਰਤ ਕੱਛ ਨਾਹੀਂ ਫੇਰ। ਹਰ ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ, ਬਸੰਤ ਹਮਾਰਾ ਰਾਮ ਰੰਗ। ਹੁਣ ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿੱਚ ਖਿੜਾਓ ਪੈਦਾ ਹੋ ਗਿਆ ਹੈ। ਸੰਤ ਜਨਾ ਸਿਉਂ ਸਦਾ ਸੰਗ ਰਹਾਓ। ਗੁਰੂ ਦੀ ਕਿਰਪਾ ਨਾਲ, ਸੰਤ ਜਨਾ ਨਾਲ ਮੇਰਾ ਸਦਾ ਸਾਥ ਬਣਿਆ ਰਹਿੰਦਾ ਹੈ। ਸੰਤ ਜਨੀ ਕੀ ਆ ਉਪਦੇਸ਼, ਸੰਤ ਜਨਾ ਨੇ ਇਹ ਸਿੱਖਿਆ ਦਿੱਤੀ ਹੈ, ਜੈ ਗੋਬਿੰਦ ਭਗਤ ਸੋ ਧਨ ਦੇਸ, ਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ ਉਹ ਦੇਸ ਭਾਗਾ ਵਾਲਾ ਹੈ। ਹਰ ਭਗਤਹੀਨ ਉਦਿਆਨ ਥਾਨ, ਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ ਬਰਾਬਰ ਹੈ, ਗੁਰਪ੍ਰਸਾਦ ਘੱਟ ਘੱਟ ਪਛਾਣ। ਗੁਰੂ ਦੀ ਕਿਰਪਾ ਨਾਲ ਤੂੰ ਉਸ ਪਰਮਾਤਮਾ ਨੂੰ ਹਰੇਕ ਸਰੀਰ ਵਿੱਚ ਵੱਸਦਾ ਸਮਝ, ਹਰ ਕੀਰਤਨ ਰਸ ਭੋਗ ਰੰਗ। ਹੇ ਮੇਰੇ ਮਨ, ਪਰਮਾਤਮਾ ਦੀ ਸਿਰਸਲਾ ਨੂੰ ਹੀ ਦੁਨੀਆ ਦੇ ਰਸਾ ਭੋਗਾਂ ਦੀ ਮੌਜ ਬਹਾਰ ਜਾਣ।
ਮਨ ਪਾਪ ਕਰਤ ਤੂੰ ਸਦਾ ਸੰਗ। ਹੇ ਮਨ, ਪਾਪ ਕਰਦਿਆਂ ਸਦਾ ਝਿਜਕਿਆ ਕਰ, ਨਿਕਟ ਭੇਖ ਪ੍ਰਭ ਕਰਨ ਹਾਰ। ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ ਆਪਣੇ ਨੇੜੇ ਵਸਦਾ ਵੇਖ, ਈਤ ਊਤ ਪ੍ਰਭ ਕਾਰਜ ਸਾਰ। ਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸਵਾਰਨ ਵਾਲਾ ਹੈ। ਚਰਨ ਕਮਲ ਸਿਓ ਲੱਗੋ ਧਿਆਨ। ਉਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਜੁੜ ਗਈ। ਕਰ ਕਿਰਪਾ ਪ੍ਰਭ ਕੀਨੋ ਦਾਨ। ਪ੍ਰਭੂ ਨੇ ਮਿਹਰ ਕਰਕੇ ਜਿਸ ਉੱਤੇ ਬਖਸ਼ਿਸ਼ ਕੀਤੀ, ਤੇਰਿਆ ਸੰਤ ਜਨਾ ਕੀ ਬਾਛੋ ਧੂਰ। ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਜਪ ਨਾਨਕ ਸੁਆਮੀ ਸਦ ਹਜੂਰ। ਤਾਂ ਕਿ ਹੇ ਸੁਆਮੀ, ਉਹਨਾਂ ਦੀ ਸੰਗਤ ਦੀ ਬਰਕਤ ਨਾਲ ਤੈਨੂੰ ਤੇਰਾ ਦਾਸ ਨਾਨਕ ਸਦਾ ਅੰਗ ਸੰਗ ਸਮਝ ਕੇ ਜਪਦਾ ਰਹੇ। ਬਸੰਤ ਮਹੱਲਾ ਪੰਜਵਾਂ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸੱਚ ਪਰਮੇਸ਼ਰ ਨਿੱਤ ਨਵਾਂ। ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ ਸਦਾ ਹੀ ਨਵਾਂ ਹੈ। ਗੁਰ ਕਿਰਪਾ ਤੇ ਨਿੱਤ ਚਵਾਂ। ਗੁਰੂ ਦੀ ਮਿਹਰ ਨਾਲ ਮੈਂ ਸਦਾ ਉਸਦਾ ਨਾਮ ਉਚਾਰਦਾ ਹਾਂ। ਪ੍ਰਭ ਰਖਵਾਲੇ ਮਾਈ ਬਾਪ। ਜਿਵੇਂ ਮਾਪੇ ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਜੀ ਸਦਾ ਮੇਰੇ ਰਾਖੇ ਹਨ। ਜਾ ਕੈ ਸਿਮਰਨ ਨਹੀਂ ਸੰਤਾਪ। ਉਹ ਪਰਮਾਤਮਾ ਐਸਾ ਹੈ ਕਿ ਉਸਦੇ ਸਿਮਰਨ ਨਾਲ ਕੋਈ ਦੁੱਖ ਕਲੇਸ਼ ਪੋ ਨਹੀਂ ਸਕਦੇ। ਕਸਮ ਧਿਆਈ ਇੱਕ ਮਨ ਇੱਕ ਪਾਏ। ਹੁਣ ਮੈਂ ਇਕਾਗਰ ਮਨ ਨਾਲ ਉਸੇ ਦੇ ਪਿਆਰ ਵਿੱਚ ਟਿਕ ਕੇ ਉਸ ਖਸਮ ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾਂ। ਗੁਰਪੂਰੇ ਕੀ ਸਦਾ ਸਰਣਾਈ, ਸਾਚੇ ਸਾਹਿਬ ਰੱਖਿਆ ਕੰਠ ਲਾਏ। ਰਹਾਓ, ਪੂਰੇ ਗੁਰੂ ਦੀ ਸ਼ਰਨ ਪਿਆ ਰਹਿੰਦਾ ਹਾਂ। ਉਸਦੀ ਮਿਹਰ ਨਾਲ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨੇ ਮੈਨੂੰ ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ। ਆਪਣੇ ਜਨ ਪ੍ਰਭ ਆਪ ਰੱਖੇ। ਪਰਮਾਤਮਾ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹੈ। ਦੁਸ਼ਟ ਦੂਤ ਸਭ ਭ੍ਰਮ ਥੱਕੇ। ਸੇਵਕਾਂ ਦੇ ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ। ਬਿਨ ਗੁਰ ਸਾਚੇ ਨਹੀਂ ਜਾਏ। ਸੇਵਕਾਂ ਨੂੰ ਸਦਾ ਸਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੁੰਦਾ। ਦੁੱਖ ਦੇਸ ਦਿਸੰਤਰ ਰਹੇ ਤਾਏ। ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ ਵਾਪਰਦਾ ਹੈ। ਕਿਰਤ ਉਹਨਾਂ ਕਾ ਮਿਟਸ ਨਾਹੀਂ। ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ ਉਹਨਾਂ ਮਨੁੱਖਾਂ ਦਾ ਇਹ ਕੀਤਾ ਹੋਇਆ ਕੰਮ, ਕੀਤੇ ਇਹਨਾਂ ਕੰਮਾਂ ਦਾ ਸੰਸਕਾਰ ਸਮੂਹ ਉਹਨਾਂ ਦੇ ਅੰਦਰੋਂ ਮਿਟਦਾ ਨਹੀਂ। ਓਏ, ਆਪਣਾ ਬੀਜਿਆ ਆਪ ਖਾਹੇ। ਆਪਣੇ ਕਿਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ। ਜਨ ਕਾ ਰਖਵਾਲਾ ਆਪ ਸੋਏ। ਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ। ਜਨ ਕੋ ਪਹੁੰਚ ਨਾ ਸਕਸ ਕੋਈ।
ਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ। ਪ੍ਰਭ ਦਾਸ ਰੱਖੇ ਕਰ ਯਤਨ ਆਪ। ਉਸ ਪ੍ਰਭੂ ਨੇ ਉਚੇਚਾ ਯਤਨ ਕਰਕੇ ਆਪਣੇ ਸੇਵਕ ਦੀ ਸਦਾ ਆਪ ਰਾਖੀ ਕੀਤੀ ਹੈ। ਅਖੰਡ ਪੂਰਨ ਜਾ ਕੋ ਪ੍ਰਤਾਪ, ਜਿਸ ਦਾ ਅਤੁੱਟ ਅਤੇ ਪੂਰਨ ਪ੍ਰਤਾਪ ਹੈ। ਗੁਣ ਗੋਬਿੰਦ ਨਿਤ ਰਸਨ ਗਾਏ, ਉਸ ਗੋਬਿੰਦ ਦੇ ਗੁਣ ਸਦਾ ਆਪਣੇ ਜੀਵ ਨਾਲ ਗਾਇਆ ਕਰ। ਨਾਨਕ ਜੀਵੈ ਹਰ ਚਰਨ ਧਿਆਏ, ਨਾਨਕ ਵੀ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ। ਬਸੰਤ ਮਹੱਲਾ ਪੰਜਵਾਂ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਗੁਰ ਚਰਨ ਸਰੇਵਤ ਦੁੱਖ ਗਇਆ, ਗੁਰੂ ਦੇ ਚਰਨ ਹਿਰਦੇ ਵਿੱਚ ਵਸਾਉਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਕਰੀ ਮਾਇਆ, ਜਿਸ ਮਨੁੱਖ ਉੱਤੇ ਪਾਰ ਬ੍ਰਹਮ ਪ੍ਰਭੂ ਨੇ ਮਿਹਰ ਕੀਤੀ। ਸਰਬ ਮਨੋਰਥ ਪੂਰਨ ਕਾਮ, ਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ। ਜਪ ਜੀਵੈ ਨਾਨਕ ਰਾਮ ਨਾਮ, ਨਾਨਕ ਵੀ ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ। ਸਾਰੁੱਤ ਸੁਹਾਵੀ ਜਿੱਤ ਹਰ ਚਿੱਤ ਆਵੈ, ਮਨੁੱਖ ਵਾਸਤੇ ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵਸਦਾ ਹੈ। ਬਿਨ ਸਤਿਗੁਰ ਦੀਸੈ ਬਿਲ ਲਾਂਤੀ, ਸਾਕਤ ਫਿਰ ਫਿਰ ਆਵੈ ਜਾਵੈ ਰਹਾਉ। ਗੁਰੂ ਦੀ ਸ਼ਰਨ ਤੋਂ ਬਿਨਾਂ ਲੁਕਾਈ ਵਿਲਕਦੀ ਦਿਸਦੀ ਹੈ। ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਮੁੜ ਜੰਮਦਾ ਮਰਦਾ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।